ਪਿਆ ਤੁਧ ਡਿਠੇ ਸੱਚੇ ਪਾਤਸ਼ਾਹ ਨਰ ਜਨਮ ਜਨਮ ਦੇ ਕੱਟਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇਵਣ ਭਾਗੀ ਅਨ ਦਿਨ ਸਾਚ ਨਾਮ ਨਿਭ ਲਾਗੇ ਸੁਖ ਸਦਾ ਸੁਖਦਾਤਾ ਰਵਿਆ ਘਟ ਅੰਤਰ ਸ਼ਬਦ ਸਚੇ ਉਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਗਰੀਬ ਨਵਾਜ ਸਤਿਗੁਰੂ ਬਖਸ਼ਿਸ਼ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਗੁਰਬਾਣੀ ਦੀਆਂ ਦਾਤਾਂ ਦੇ ਨਾਲ ਸਾਨੂੰ ਨਿਹਾਲ ਕਰ ਰਹੇ ਨੇ ਆਓ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ ਲੱਗਦਾ ਇਹ ਸ਼ਬਦ ਹੈ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਇਸ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਮਹਾਰਾਜ ਸਾਹਿਬ ਜੀ ਬਿਰਾਜੇ ਹੋਏ ਸੰਗਤਾਂ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕਰੋ ਅਤੇ ਮਹਾਰਾਜ ਇਹ ਸ਼ਬਦ ਫਰਮਾਉਂਦੇ ਹਨ ਸਤਿਗੁਰ ਸੇਵਨ ਸੇਵੜ ਭਾਗੇ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜੇ ਗੁਰੂ ਦੀ ਸੇਵਾ ਕਰਦੇ ਜਿਨ ਸੇਵਿਆ ਤਿਨ ਪਾਇਆ ਜਿਹੜੇ ਗੁਰੂ ਦੀ ਸੇਵਾ ਕਰਦੇ ਹਨ ਇਸ ਤਰ੍ਹਾਂ ਦੇ ਜਿਹੜੇ ਗੁਰਸਿੱਖ ਹਨ ਅਨ ਦਿਨ ਸਾਚ ਨਾਮ ਲਿਵ ਲੱਗੇ ਦਿਨੇ ਰਾਤ ਸੱਚੇ ਨਾਮ ਦੇ ਵਿੱਚ ਲਿਵ ਲੱਗੀ ਹੈ ਧਿਆਨ ਜੁੜਿਆ ਹੋਇਆ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰ ਗੁਰਬਾਣੀ ਦੇ ਮਾਂ ਬਾਪ ਨੇ ਜਿਹਨਾਂ ਦੇ ਭਾਈ ਦਿਨੇ ਰਾਤ ਲਿਵ ਲੱਗੀ ਧਿਆਨ ਜੁੜਿਆ ਹੋਇਆ ਅਤੇ ਜੋ ਗੁਰੂ ਦੀ ਸੇਵਾ ਕਰਦੇ ਪੈ ਸੇਵਡ ਭਾਗੀ ਉਹ ਵੱਡਿਆਂ ਭਾਗਾਂ ਵਾਲੇ ਨੇ ਭਾਗਾਂ ਤੋਂ ਬਿਨਾਂ ਗੁਰੂ ਦੀ ਸੇਵਾ ਨਹੀਂ ਹੈ ਭਾਗਾਂ ਤੋਂ ਬਿਨਾਂ ਧਿਆਨ ਵੀ ਨਹੀਂ ਲੱਗਦਾ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਪਿਆਰਿਆਂ ਦੇ ਜਿਨ੍ਹਾਂ ਦਾ ਐਸਾ ਧਿਆਨ ਜੁੜਿਆ ਹੈ ਸਦਾ ਸੁਖਦਾਤਾ ਰਵਿਆ ਘਟ ਅੰਤਰ ਸਦਾ ਵਾਸਤੇ ਸਦੀਵ ਕਾਲ ਸੁਖ ਦੇਣ ਵਾਲਾ ਪਰਮਾਤਮਾ ਹੈ ਉਹ ਹੈ ਅਤੇ ਜਰੇ ਜਰੇ ਵਿੱਚ ਸਾਰਿਆਂ ਥਾਵਾਂ 'ਤੇ ਸਮਾਇਆ ਹੈ ਪਰ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਵਸਿਆ ਹੋਇਆ ਹੈ ਪ੍ਰਤੱਖ ਹੀ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਐਸੇ ਪਰਮਾਤਮਾ ਨੂੰ ਉਹਨਾਂ ਨੇ ਰਵਿਆ ਕਿ ਇਹ ਸਿਮਰਿਆ ਹੈ ਸ਼ਬਦ ਸੱਚੇ ਉਮਾ ਹੈ ਸੁਖਦਾਤਾ ਜੋ ਪਰਮਾਤਮਾ ਹੈ ਜਿਹੜਾ ਸਾਰੇ ਥਾਵਾਂ 'ਤੇ ਸਵਾਇਮਾਨ ਹੈ ਉਸ ਦੇ ਨਾਮ ਨੂੰ ਗੁਰਮੁਖਾਂ ਨੇ ਰਵਿਆ ਕਹੀਏ ਉਚਾਰਿਆ ਜਪਿਆ ਹੈ ਅਤੇ ਸੱਚੇ ਸ਼ਬਦ ਦਾ ਉਮਾਹਾ ਕਹੀਏ ਆਨੰਦ ਉਹਨਾਂ ਨੂੰ ਪ੍ਰਾਪਤ ਹੈ ਆਨੰਦ ਬਣਿਆ ਹੋਇਆ ਹੈ ਸ਼ਬਦ ਸੱਚੇ ਉਮਾਹਾ ਹੈ ਸੱਚੇ ਸ਼ਬਦ ਦਾ ਉਮਾਹਾ ਉਮਾਹਾ ਕਹੀਏ ਉਤਸ਼ਾਹ ਉਮਾਹਾ ਕਹੀਏ ਆਨੰਦ ਉਹਨਾਂ ਗੁਰਮੁਖਾਂ ਨੂੰ ਬਣਿਆ ਹੋਇਆ ਹੈ ਨਦਰ ਕਰੇ ਤਾਂ ਗੁਰੂ ਮਿਲਾਏ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰਦੇ ਹਨ ਪਰਮੇਸ਼ੁਰ ਕਿਰਪਾ ਕਰ ਦੇਵੇ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰੂ ਪਾਤਸ਼ਾਹ ਜੀਆਂ ਦਾ ਸੋ ਜਿਹਦੇ ਉੱਪਰ ਬਖਸ਼ਿਸ਼ ਹੋ ਜਾਵੇ
ਉਸ ਨੂੰ ਫਿਰ ਗੁਰੂ ਦੇ ਨਾਲ ਮਨਾਉਂਦੇ ਨੇ, ਗੁਰੂ ਦੇ ਨਾਲ ਉਹ ਮਿਲਦਾ ਹੈ, ਉਸ ਸਿੱਖ ਦਾ ਗੁਰੂ ਨਾਲ ਮਿਲਾਪ ਹੁੰਦਾ ਜਿਹਦੇ ਉੱਪਰ ਪਰਮਾਤਮਾ ਮਿਹਰ ਕਰਦੇ ਹਨ। ਹਰ ਕਾ ਨਾਮ ਮਨ ਵਸਾਏ, ਜੋ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਮਿਲ ਜਾਂਦੇ ਉਹ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ, ਸਦਾ ਵਾਸਤੇ ਉਹਦੇ ਨਾਮ ਨੂੰ ਜਪਦੇ ਹਨ। ਹਰ ਮਨ ਵਸਿਆ ਸਦਾ ਸੁਖਦਾਤਾ, ਸਦਾ ਹੀ ਸੁਖ ਦੇਣ ਵਾਲਾ ਪਰਮੇਸ਼ਰ ਹੈ, ਉਹਨਾਂ ਗੁਰਮੁਖਾਂ ਦੇ ਮਨ ਵਿੱਚ ਵਸ ਗਿਆ ਹੈ, ਸਦਾ ਵਾਸਤੇ ਸਦੀਵ ਕਾਲ ਉਹਨਾਂ ਦੇ ਮਨ ਵਿੱਚ ਵਸਿਆ ਹੈ। ਸ਼ਬਦ ਮਨ ਉਮਾਹੇ, ਸ਼ਬਦ ਕਰਕੇ ਕਹਿਣ ਲੱਗੇ ਬ੍ਰਹਮ ਦੇ ਵਿੱਚ ਮਿਲ ਜਾਂਦੇ, ਸ਼ਬਦ ਨਾਮ ਬ੍ਰਹਮ ਦਾ ਹੈ, ਬ੍ਰਹਮ ਦੇ ਵਿੱਚ ਉਹ ਗੁਰਮੁਖ ਮਿਲੇ ਹੋਏ ਅਤੇ ਫਿਰ ਉਹਨਾਂ ਨੂੰ ਉਤਸ਼ਾਹ ਬਣਿਆ ਰਹਿੰਦਾ ਹੈ। ਹਰ ਜਣ ਤੋਂ ਹੀ ਏਕ ਹੈ, ਐਸੀ ਅਵਸਥਾ ਬਣ ਜਾਂਦੀ ਹੈ, ਪਰਮਾਤਮਾ ਦੇ ਵਿੱਚ ਹੀ ਉਹ ਮਿਲ ਗਿਆ ਅਤੇ ਉਸੇ ਦਾ ਹੀ ਰੂਪ ਹੋ ਜਾਂਦੇ ਹਨ। ਕਿਰਪਾ ਕਰੇ ਤਾਂ ਮੇਲ ਮਿਲਾਏ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਕਿਰਪਾ ਕਰੇ ਤਾਂ ਭਾਈ ਇਹ ਸਤਸੰਗਤ ਵਿੱਚ ਮਿਲਾਪ ਹੁੰਦਾ, ਜਿੱਥੇ ਬੈਠੇ ਹੋ ਨਾ ਆ ਕੇ ਇੱਥੇ ਬੈਠਿਆ ਵੀ ਤਾਂ ਜਾਂਦਾ ਜੇ ਸਤਿਗੁਰੂ ਕਿਰਪਾ ਕਰੇ, ਨਹੀਂ ਤਾਂ ਨਹੀਂ ਬੈਠਿਆ ਜਾਂਦਾ। ਜੇ ਆਪਾਂ ਇਸ ਗੱਲ ਦੀ ਵਿਚਾਰ ਕਰੀਏ ਜਿੱਥੇ ਆਪਾਂ ਰਹਿੰਦੇ ਹਾਂ, ਸੰਘਣੀ ਆਬਾਦੀ ਹੈ, ਬੇਅੰਤ ਘਰ ਨੇ ਗੁਰੂ ਕਿਹਾ ਸਿੱਖਾਂ, ਪਰ ਸਾਰੇ ਤਾਂ ਨਹੀਂ ਨਾ ਬੈਠੇ, ਕੋਈ ਵਿਰਲਾ ਵਾਂਝਾ ਹੀ ਆਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਰਪਾ ਕਰੇ, ਜੇ ਗੁਰੂ ਬਖਸ਼ਿਸ਼ ਕਰੇ ਤਾਂ ਮੇਲ ਮਿਲਾਏ, ਤਾਂ ਆਪਣੇ ਸਤਸੰਗਤ ਮੇਲ ਵਿੱਚ ਸਤਿਗੁਰੂ ਮਿਲਾਉਂਦੇ ਹਨ। ਹਉਮੈ ਮਮਤਾ ਸ਼ਬਦ ਜਲਾਏ, ਸ਼ਬਦ ਦੇ ਕੇ ਨਾ ਉਪਦੇਸ਼ ਦੇ ਕੇ ਉਹਨਾਂ ਦੀ ਹਉਮੈ ਖਤਮ ਕਰ ਦਿੰਦੇ, ਮਮਤਾ ਕਹੀਏ ਮੋਹ ਖਤਮ ਕਰ ਦਿੰਦੇ, ਹਉਮੈ ਵੀ ਚਲੇ ਗਈ ਹੈ ਗੁਰੂ ਦੇ ਬਚਨਾਂ ਦੇ ਨਾਲ, ਉਹਨਾਂ ਦਾ ਮੋਹ ਵੀ ਚਲੇ ਗਿਆ, ਫਿਰ ਉਹ ਮੋਹ ਨਹੀਂ ਕਰਦੇ। ਤੇਰਾ ਤੁਝਕੋ ਸੌਂਪਤੇ ਕਿਆ ਲਾਗੈ, ਮੇਰਾ ਐਸੀ ਅਵਸਥਾ ਹੈ ਵੀ ਹੁਣ ਕਿਸੇ ਵੀ ਵਸਤੂ ਦਾ ਮੋਹ ਨਹੀਂ। ਹਉਮੈ ਕਹੀਏ ਹੰਕਾਰ ਨਹੀਂ, ਸਭ ਤੋਂ ਹਮ ਬੁਰੇ ਵਾਲੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਸਦਾ ਮੁਕਤ ਰਹੇ ਇੱਕ ਰੰਗੀ, ਪਾਤਸ਼ਾਹ ਕਹਿਣ ਲੱਗੇ ਭਾਈ ਉਹ ਜਿਹੜੇ ਗੁਰਮੁਖ ਨੇ ਨਾ, ਉਹ ਸਦਾ ਹੀ ਮੁਕਤ ਰੂਪ ਹੋ ਜਾਂਦੇ, ਰੰਗੀ ਕਹੀਏ ਪ੍ਰੇਮੀ ਬਣ ਗਏ ਨਾ ਪਰਮਾਤਮਾ ਦੇ ਅਕਾਲ ਪੁਰਖ, ਜਿਹੜੇ ਇੱਕ ਪ੍ਰਭੂ ਦੇ ਪ੍ਰੇਮੀ ਬਣੇ ਨੇ, ਪ੍ਰੇਮ ਹੋਣ ਕਰਕੇ ਸਦਾ ਹੀ ਮੁਕਤ ਹਨ। ਆਪ ਮੁਕਤ, ਮੁਕਤ ਕਰੇ ਸੰਸਾਰ, ਜਿਨ੍ਹਾਂ ਨੂੰ ਪ੍ਰੇਮ ਬਣ ਗਿਆ ਨਾ ਗੁਰੂ ਦਾ ਮਨ ਦੇ ਵਿੱਚ, ਉਹ ਮੁਕਤ ਹੋ ਗਿਆ, ਜਿਹੜੇ ਉਹਨਾਂ ਦੀ ਸੰਗਤ ਵਿੱਚ ਰਹਿਣਗੇ ਉਹ ਵੀ ਮੁਕਤ ਹੋ ਜਾਣਗੇ, ਐਸੀ ਦਾਤ ਮਿਲਦੀ ਹੈ। ਨਾਹੀ ਕਿਸੇ ਨਾਲ ਕਹਾ ਹੈ, ਉਹ ਫਿਰ ਉਹ ਸੰਸਾਰਿਕ ਧੰਦਿਆਂ ਤੋਂ ਛੁੱਟ ਗਏ, ਸੰਸਾਰਿਕ ਧੰਦੇ ਜਿਵੇਂ ਅਸੀਂ ਆਖਦੇ ਨੇ ਅੱਜ ਮੈਂ ਆਹ ਕੰਮ ਕਰਨਾ, ਕੱਲ੍ਹ ਮੈਂ ਆਹ ਕੰਮ ਕਰਨਾ, ਹੁਣ ਮੈਂ ਬਜ਼ੁਰਗ ਹੋ ਗਿਆ ਹਾਂ ਮੰਜੇ 'ਤੇ ਬੈਠ ਗਿਆ, ਪਰ ਉਦੋਂ ਵੀ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੁੰਦਾ ਵਿਅਕਤੀ। ਮੈਂ ਪੁੱਤ ਪੋਤਰਿਆ ਪੜੋਤਰਿਆਂ ਦਾ ਵਿਆਹ ਵੇਖ ਲਵਾਂ, ਮੈਂ ਆਹ ਕਾਰਜ ਕਰ, ਪਰ ਜਿਹਦੇ ਉੱਪਰ ਸਤਿਗੁਰੂ ਕਿਰਪਾ ਕਰਦੇ ਮੁਕਤ ਰਹੇ, ਉਹ ਸੰਸਾਰਿਕ ਧੰਦਿਆਂ ਤੋਂ ਮੁਕਤ ਹੋ ਗਿਆ, ਧੰਦੇ ਵਿੱਚ ਖਚਤ ਹੁੰਦੇ ਹੀ ਨਹੀਂ, ਧੰਦੇ ਤੋਂ ਦੁਰਲੇਪ ਰਹਿੰਦੇ ਹਰ ਵੇਲੇ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਹੀਂ ਕਿਸੇ ਨਾਲ ਕਾਹਾ ਹੈ, ਕਾਹਾ ਨਾਮ ਹੈ ਕਜੀਆ ਗੁਰਮੁਖੋ ਰੌਲਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਝਗੜਾ, ਉਹਨਾਂ ਦਾ ਝਗੜਾ ਵੀ ਕਿਸੇ ਦੇ ਨਾਲ ਨਹੀਂ, ਝਗੜੇ ਤੋਂ ਵੀ ਦੁਰਲੇਪ ਹੋ ਜਾਂਦੇ। ਹਮਰਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾ ਛਾਡੇ ਦੂ, ਕਬੀਰ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਸਾਡਾ ਨਹੀਂ ਝਗੜਾ, ਨਾ ਅਸੀਂ ਪੰਡਿਤ ਦੀ ਗੱਲ ਮੰਨੀਏ, ਨਾ ਅਸੀਂ ਮੁਲਾਣੇ ਦੀ ਗੱਲ ਮੰਨੀਏ। ਮੁੱਲਾਂ ਆਪਣੀਆਂ ਜਿਹੜਾ ਹੈ ਰਵਾਇਤਾਂ ਦੱਸਦਾ ਪਿਆ ਹੈ,
ਵੀ ਇਹ ਸ਼ਰ੍ਹਾ ਹੈ, ਇਹ ਕੰਮ ਕਰਨਾ ਚਾਹੀਦਾ। ਪੰਡਤ ਆਖਦਾ ਵੀ ਇਹ ਕਰਮਕਾਂਡ ਕਰਨਾ ਚਾਹੀਦਾ। ਕਬੀਰ ਸਾਹਿਬ ਜੀ ਕਹਿੰਦੇ ਦੋਨੇ ਹੀ ਛੱਡ ਦਿੱਤੇ, ਹਮਰਾ ਝਗੜਾ ਰਹਾ ਨਾ ਕਹੂ ਪੰਡਤ ਬੁੱਲਾਂ ਛਾਡੇ ਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਹਾ ਨਾਮ ਗੁਰਮੁਖੋ ਝਗੜੇ ਦਾ, ਕਹਿਣ ਲੱਗੇ ਵੀ ਉਹਨਾਂ ਝਗੜਾ ਫਿਰ ਕਿਸੇ ਨਾਲ ਗੁਰਮੁਖਾਂ ਦਾ ਨਹੀਂ ਰਹਿੰਦਾ ਹੈ। ਬਿਨ ਸਤਿਗੁਰ ਸੇਵੇ ਘੋਰ ਅੰਧਾਰਾ, ਜਿੰਨਾ ਚਿਰ ਭਾਈ ਗੁਰੂ ਦੀ ਸੇਵਾ ਨਹੀਂ ਨਾ ਕਰਦੇ ਉਹਨਾਂ ਚਿਰ ਘੋਰ ਕਰੀਏ ਭਿਆਨਕ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ। ਅਗਿਆਨ ਬੜਾ ਭਾਰੀ ਇਹ ਐਸਾ ਦੁੱਖ ਹੈ ਜਿਹਦੇ ਕਰਕੇ ਵਿਅਕਤੀ ਜੰਮਦਾ ਅਤੇ ਮਰਦਾ। ਪਾਤਸ਼ਾਹ ਕਹਿਣ ਲੱਗੇ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਘੋਰ ਅੰਧਾਰਾ ਅਗਿਆਨਤਾ ਦਾ ਹਨੇਰਾ ਬਣਿਆ ਹੋਇਆ ਹੈ। ਬਿਨ ਸ਼ਬਦ ਕੋਈ ਨਾ ਪਾਵੇ ਪਾਰਾ, ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਇਆ। ਦੁਨੀਆ ਵਿੱਚ ਬੜੇ ਬੜੇ ਹੋਏ ਨੇ ਰਿਗੀ ਮੁਨੀ ਜਟਾਧਾਰੀ ਸੰਨਿਆਸੀ ਸਾਧੂ, ਪਰ ਗੁਰੂ ਦੇ ਸ਼ਬਦ ਬਿਨਾਂ ਨਹੀਂ ਤੁਰਿਆ। ਤਾਂ ਹੀ ਸੰਤੋਖੇ ਰਿਖੀ ਨੇ ਆਖਿਆ ਸੀ ਨਾ ਵੀ ਗੁਰੂ ਨਾਨਕ ਸਾਹਿਬ ਜੀ ਮੈਨੂੰ ਮੁਕਤੀ ਦੇਣਗੇ, ਮੈਨੂੰ ਉਹਨਾਂ ਨਾਲ ਹੀ ਮਿਲਾ ਦੇ। ਬੈਠਾ ਰਿਹਾ ਮੱਠ ਵਿੱਚ ਵੜ ਕੇ, ਗੁਰੂ ਅਰਜਨ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ। ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਉਹਨੂੰ ਉਪਦੇਸ਼ ਲੈ ਕੇ ਉਹਦਾ ਭਲਾ ਹੋਇਆ। ਮਹਾਰਾਜ ਕਹਿਣ ਲੱਗੇ ਭਾਈ ਗੁਰੂ ਦੇ ਸ਼ਬਦ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਸੋ ਗੁਰਮੁਖਾ ਬਚਨੇ ਆ ਵੀ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦਾ ਹੈ। ਜੋ ਸ਼ਬਦ ਰਾਤੇ ਮਹਾਂ ਬੈਰਾਗੀ, ਜਿਹੜੇ ਸ਼ਬਦ ਵਿੱਚ ਰੰਗੇ ਗਏ ਉਹ ਨੇ ਵੱਡੇ ਬੈਰਾਗੀ ਪੁਰਸ਼, ਜਿਹੜੇ ਸ਼ਬਦ ਵਿੱਚ ਰੰਗੇ ਗਏ। ਅਸਲੀ ਬੈਰਾਗ ਤੂੰ ਉਹਨਾਂ ਨੂੰ ਹੋਇਆ ਨਹੀਂ, ਤੇ ਰਾਮਾਨੰਦ ਵਰਗੇ ਪੁੰਨ ਹਰ ਪ੍ਰਭ ਰਾਮਾਨੰਦ ਕੋ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਲਿਖਿਆ ਤਾਂ ਰਾਮਾਨੰਦ ਨਾਮ ਦਾ ਇੱਕ ਸਾਧੂ ਪੈਦਾ ਕੀਤਾ, ਉਹਨੂੰ ਆਖਿਆ ਵੀ ਜਾਓ ਜਾ ਕੇ ਰੱਬ ਦਾ ਨਾਮ ਜਪਾਓ। ਉਹਨੇ ਸਾਰਿਆਂ ਨੂੰ ਆਖਿਆ ਵੀ ਵੈਰਾਗ ਧਾਰਨ ਕਰ ਲਓ ਅਤੇ ਮੇਰੇ ਪੰਥ ਵਿੱਚ ਆ ਕੇ ਮਿਲ ਜਾਓ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਜਿਹੜੇ ਅਸਲ ਵਿੱਚ ਸ਼ਬਦ ਵਿੱਚ ਰੰਗੇ ਗਏ ਉਹ ਵੈਰਾਗੀ ਹੋਏ, ਵੈਰਾਗ ਉਹਨਾਂ ਨੂੰ ਹੋਇਆ ਹੈ। ਸੋ ਸ਼ਬਦ ਰਾਤੇ ਮਹਾਂ ਵੈਰਾਗੀ, ਸੋ ਸੱਚ ਸ਼ਬਦ ਲਾਹਾ ਹੈ, ਉਹਨਾਂ ਗੁਰਮੁਖਾਂ ਨੂੰ ਸ਼ਬਦ ਦਾ ਲਾਭ ਪ੍ਰਾਪਤ ਹੁੰਦਾ, ਗੁਰੂ ਦੇ ਸ਼ਬਦ ਦਾ ਉਹਨਾਂ ਨੂੰ ਲਾਭ ਪ੍ਰਾਪਤ ਹੋਇਆ, ਬ੍ਰਹਮ ਦੀ ਪ੍ਰਾਪਤੀ ਵਾਲੇ ਗੁਰਮੁਖ ਬਣ ਗਏ ਹਨ। ਦੁੱਖ ਸੁੱਖ ਕਰਤੇ ਧੁਰ ਲਿਖ ਪਾਇਆ, ਗੁਰਮੁਖ ਤੋਂ ਹੀ ਨਾ ਅਕਾਲ ਪੁਰਖ ਨੇ ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਦੁੱਖ ਅਤੇ ਸੁੱਖ ਲਿਖ ਕੇ ਪਾਇਆ। ਇਹ ਬਚਨ ਸਮਝ ਲੈਣਾ ਵੀ ਪਰਮਾਤਮਾ ਕਿਸੇ ਦਾ ਵੈਰੀ ਨਹੀਂ ਹੈ। ਜਦੋਂ ਸਾਡੇ 'ਤੇ ਦੁੱਖ ਆਉਂਦਾ ਉਦੋਂ ਅਸੀਂ ਆਖਦੇ ਰੱਬ ਨੇ ਮੇਰੇ 'ਤੇ ਬੜਾ ਹੀ ਮੈਨੂੰ ਦੁੱਖ ਦਿੱਤਾ, ਰੱਬ 'ਤੇ ਮੇਰਾ ਵੈਰੀ ਬਣ ਗਿਆ। ਨਹੀਂ, ਪਰਮਾਤਮਾ ਕਿਸੇ ਦਾ ਵੈਰੀ ਨਹੀਂ ਹੈ। ਉਹਦੇ ਬਾਬਤ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਨਿਰਭਉ ਨਿਰਵੈਰ, ਉਹ ਕਿਸੇ ਦਾ ਵੈਰ ਨਹੀਂ ਕਰਦਾ ਹੈ। ਜੇ ਸਾਡੇ 'ਤੇ ਦੁੱਖ ਆ ਗਿਆ ਨਾ, ਉਹ ਸਾਡੇ ਕਰਮ ਨੇ, ਪਿੱਛੇ ਕੋਈ ਕਰਮ ਹੀ ਇਹੋ ਜਿਹਾ ਕਰਕੇ ਆਏ ਹਾਂ, ਉਹਦਾ ਦੁੱਖ ਸਾਨੂੰ ਇੱਥੇ ਭੁਗਣਾ ਪੈ ਰਿਹਾ। ਜੇ ਕੋਈ ਪੁੱਛੇ ਪੁੰਨ ਦਾ ਕੰਮ ਕਰਕੇ ਆਇਆ ਉਹਦਾ ਸਾਨੂੰ ਸੁੱਖ ਮਿਲ ਗਿਆ। ਇਹ ਦੁੱਖ ਸੁੱਖ ਕਰਤਾ ਧੁਰ ਲਿਖ ਪਾਇਆ, ਇਹ ਧੁਰ ਤੋਂ ਦਾਤ ਦਿਖੀ ਸਾਡੇ ਮੱਥੇ 'ਤੇ ਕਰਮਾਂ, ਜਿਵੇਂ ਦੇ ਕਰਮ ਕੀਤੇ ਪਾਪ ਦੇ ਪੁੰਨ ਦੇ ਉਹੋ ਜਿਹਾ ਸੁੱਖ ਅਤੇ ਦੁੱਖ ਅਸੀਂ ਪਾਉਂਦੇ ਹਾਂ। ਦੂਜਾ ਭਾਉ ਆਪ ਵਰਤਾਇਆ, ਇਸੇ ਤਰ੍ਹਾਂ ਆਪ ਹੀ ਕਰਮਾਂ ਅਨੁਸਾਰ ਉਸਨੇ ਦਵੈਤ ਭਾਵ ਨੂੰ ਵਰਤਾਇਆ ਹੈ। ਦਵੈਤ ਕਹਿੰਦੇ ਮੋਹ ਜਾਂ ਈਰਖਾ, ਕੋਈ ਕਿਸੇ ਦਾ ਸੁਭਾਅ ਬਣ ਜਾਂਦਾ ਉਹ ਸਾਰੀ ਉਮਰ ਈਰਖਾ ਵਿੱਚ ਹੀ ਰਹਿੰਦਾ, ਕਦੇ ਇਹਦੇ ਨਾਲ ਈਰਖਾ ਕਦੇ ਉਹਦੇ ਨਾਲ ਈਰਖਾ, ਸੁਭਾਅ ਹੀ ਇਹੋ ਜਿਹਾ ਬਣਿਆ ਵੀ ਈਰਖਾ ਨਿਕਲਦੀ ਨਹੀਂ, ਅਤੇ ਕਿਸੇ ਦਾ ਸੁਭਾਅ ਇਹੋ ਜਿਹਾ ਬਣਿਆ ਵੀ ਉਹ ਵਿੱਚੋਂ ਉਹਦੇ ਨਿਕਲਦਾ। ਇਹ ਵੀ ਭਾਈ ਕਰਮਾਂ ਦੀ ਨਿਸ਼ਾਨੀ ਹੈ, ਕਰਮਾਂ ਦੇ ਮੁਤਾਬਕ ਦੁੱਖ ਅਤੇ ਸੁੱਖ ਪ੍ਰਾਪਤ ਹੋਇਆ ਹੈ।
ਗੁਰਮੁਖ ਹੋਵੇ ਸੋ ਲਿਪਤੋ ਵਰਤੈ। ਜਿਹੜੇ ਗੁਰਮੁਖ ਹੁੰਦੇ ਨੇ ਉਹ ਅਲਿਪਤ ਰਹਿੰਦੇ ਨੇ, ਅਸੰਗ ਰਹਿੰਦੇ, ਉਹ ਨਹੀਂ ਡੁੱਬਦੇ, ਮੋਹ ਦੇ ਵਿੱਚ ਵੀ ਨਹੀਂ ਪੈਂਦੇ, ਈਰਖਾ ਵਿੱਚ ਵੀ ਨਹੀਂ ਪੈਂਦੇ। ਇਹਨਾਂ ਦੋਵਾਂ ਤੋਂ ਨਿਰਲੇਪ ਅਵਸਥਾ ਦੇ ਮਾਲਕ ਬਣ ਜਾਂਦੇ ਹਨ। ਮਨਮੁਖ ਕਾ ਕਿਆ ਵਿਸਾਹਾ ਹੈ, ਮਨਮੁਖ ਬੰਦੇ ਦਾ ਕੀ ਕਿਸੇ ਨੇ ਵਿਸਾਹ ਕਰਨਾ ਹੈ? ਮਨਮੁਖ ਦਾ ਕੋਈ ਵਿਸਾਹ ਨਹੀਂ, ਉਹਨੇ ਕਦੋਂ ਮੋਹ ਵਿੱਚ ਪੈ ਜਾਣਾ, ਕਦੋਂ ਈਰਖਾ ਵਿੱਚ ਪੈ ਜਾਣਾ। ਅਤੇ ਮਨਮੁਖ ਬੰਦੇ ਦੇ ਕਿਸੇ ਨੇ ਕੀ ਵਿਸਾਹ ਕਰਨਾ ਹੈ ਵੀ ਉਹ ਵਿਸਾਹ ਕੇ ਕਿਸੇ ਨੂੰ ਭਰੋਸਾ ਦੇ ਕੇ ਅਤੇ ਨੁਕਸਾਨ ਵੀ ਕਰ ਸਕਦਾ। ਗੁਰੂ ਵਾਲੇ ਦਾ ਤਾਂ ਕੋਈ ਭਰੋਸਾ ਕਰ ਸਕਦਾ ਵੀ ਨਹੀਂ ਭਾਈ ਇਹ ਗੁਰੂ ਵਾਲਾ ਹੈ, ਮਾੜਾ ਕੰਮ ਨਹੀਂ ਕਰੇਗਾ। ਪਰ ਮਨਮੁਖ ਦਾ ਕੋਈ ਵਿਸਾਹ ਨਹੀਂ ਕਰਦਾ, ਭਰੋਸਾ ਨਹੀਂ ਕਰਦਾ ਹੈ। ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਮਨਮੁਖ ਕਿਹੜੇ ਨੇ ਆਪ ਇਹ ਵੀ ਦੱਸ ਦਿਓ ਕਿਰਪਾ ਕਰਕੇ। ਪਾਤਸ਼ਾਹ ਕਹਿੰਦੇ ਮਨਮੁਖ ਭਾਈ ਉਹ ਨੇ ਜਿਹੜੇ ਗੁਰੂ ਦਾ ਸ਼ਬਦ ਨਹੀਂ ਜਾਣਦੇ। ਗੁਰ ਕਾ ਸ਼ਬਦ ਉਹ ਯਾਰੋ ਦੀਪਾ, ਗੁਰੂ ਦੇ ਸ਼ਬਦ ਦਾ ਜਿਹਨਾਂ ਨੇ ਦੀਵਾ ਨਹੀਂ ਨਾ ਬਾਲਿਆ ਉਹ ਮਨਮੁਖ ਨੇ, ਜਿਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਜਾਣਿਆ ਨਹੀਂ ਹੈ। ਗੁਰ ਕੇ ਭੈ ਕੀ ਸਾਰ ਨਾ ਜਾਣੈ, ਗੁਰੂ ਦੇ ਡਰ ਦੀ ਸਾਰ ਵੀ ਨਹੀਂ। ਉਹਨਾਂ ਦੇ ਮਨ ਵਿੱਚ ਇਹ ਵੀ ਨਹੀਂ ਆਇਆ ਕਿ ਗੁਰੂ ਦਾ ਭੈ ਹੈ ਅਤੇ ਮੈਂ ਡਰ ਜਾਵਾਂ ਆਹ ਕੰਮ ਨਾ ਕਰਾਂ। ਨਹੀਂ ਕਰਦੇ ਹੀ ਭੈ, ਗੁਰੂ ਦਾ ਭੈ ਵੀ ਨਹੀਂ ਮੰਨਦੇ ਭੈ। ਮਨਮਰਜ਼ੀ ਦੇ ਮਾਲਕ ਐਸੇ ਜਿਹੜੇ ਵਿਅਕਤੀ ਹਨ, ਕਹਿੰਦੇ ਉਹਨਾਂ ਦਾ ਕੀ ਕਿਸੇ ਨੇ ਯਕੀਨ ਕਰਨਾ ਹੈ। ਗੁਰਮੁਖੋ ਰਾਮ ਰਾਏ ਵੀ ਤਾਂ ਗੁਰੂ ਬਣਿਆ ਹੈ। ਰਾਮ ਰਾਏ ਦੇ ਮਸੱਲਾਂ ਨੇ ਜਾਣ ਬੁੱਝ ਕੇ ਰਾਮ ਰਾਏ ਜੀ ਨੂੰ ਜਿਉਂਦਿਆਂ ਹੀ ਸੰਸਕਾਰ ਕਰ ਦਿੱਤਾ, ਲੱਕੜਾਂ 'ਤੇ ਰੱਖ ਕੇ ਚਿਖਾ ਚਿਣ ਕੇ ਸੰਸਕਾਰ ਕਰ ਦਿੱਤਾ। ਨਹੀਂ ਮੰਨਿਆ ਭੈ ਆਪਣੇ ਗੁਰੂ ਦਾ, ਭਾਵੇਂ ਉਹ ਗੁਰੂ ਪੂਰਾ ਨਹੀਂ ਹੈ, ਅਧੂਰਾ ਹੈ, ਪਰ ਉਹਨਾਂ ਵਾਸਤੇ ਤਾਂ ਪੂਰਾ ਗੁਰੂ ਹੀ ਹੈ। ਰਾਮ ਰਾਏ ਜੀਆਂ ਦੀ ਜੋ ਘਰਵਾਲੀ ਹੈ ਨਾ ਸੁਪਤਨੀ, ਗੁਰੂ ਦਸਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਇਹਨਾਂ ਦੁਸ਼ਟਾਂ ਨੇ ਇਹ ਕੁਕਰਮ ਕੀਤਾ, ਮੇਰੇ ਪਤੀ ਨੂੰ ਜਿਉਂਦਿਆਂ ਸਾੜਿਆ। ਫਿਰ ਮਹਾਰਾਜ ਸਾਹਿਬ ਜੀ ਇਹਨਾਂ ਮਸੰਦਾਂ ਨੂੰ ਬੜੀ ਡਾਢੀ ਸਜ਼ਾ ਦਿੱਤੀ। ਇਸ ਤਰ੍ਹਾਂ ਜਿਹੜੇ ਮਨਮੁਖ ਨੇ ਉਹ ਗੁਰੂ ਦੇ ਭੈ ਦੀ ਸਾਰ ਨਹੀਂ ਜਾਣਦੇ, ਵੀ ਗੁਰੂ ਦਾ ਭੈ ਡਰ ਨੂੰ ਜਾਣਦੇ ਨਹੀਂ ਹਨ। ਭੈ ਬਿਨ ਕਿਉਂ ਨਿਰਭਉ ਸੱਚ ਪਾਈਐ, ਡਰ ਨਹੀਂ ਨਾ ਧਾਰਨ ਕਰਦੇ ਉਹਨਾਂ ਚਿਰ ਪਰਮਾਤਮਾ ਨਹੀਂ ਮਿਲੇਗਾ। ਸਤਿਗੁਰਾਂ ਦਾ ਵਚਨ ਹੈ ਜਿੰਨਾ ਚਿਰ ਗੁਰੂ ਦਾ ਡਰ ਨਹੀਂ ਰੱਖਦੇ, ਗੁਰੂ ਦੇ ਭੈ ਵਿੱਚ ਨਹੀਂ ਰਹਿੰਦੇ, ਉਹਨਾਂ ਚਿਰ ਨਿਰਭਉ ਪਰਮਾਤਮਾ ਮਿਲੇਗਾ ਹੀ ਨਹੀਂ, ਪ੍ਰਾਪਤ ਨਹੀਂ ਹੁੰਦਾ ਹੈ। ਜਮ ਕਾਢ ਲਏਗਾ ਸਾਹੇ, ਜਿਹੜੇ ਜਮ ਨੇ ਉਹਨਾਂ ਦੇ ਸਵਾਸ ਕੱਢ ਲੈਂਦੇ, ਸਾਹ ਖਤਮ ਹੋ ਜਾਂਦੇ ਤੇ ਜਮ ਲੈਣ ਵਾਸਤੇ ਆ ਜਾਂਦੇ। ਐਸੀ ਉਹਨਾਂ ਮਨਮੁੱਖਾਂ ਦੀ ਹਾਲਤ ਹੁੰਦੀ ਹੈ ਜਿਹੜੇ ਗੁਰੂ ਦਾ ਭੈ ਨਹੀਂ ਰੱਖਦੇ, ਉਹਨਾਂ ਦੇ ਜਮ ਸਾਹ ਕੱਢ ਕੇ ਲੈ ਜਾਂਦਾ, ਉਹਨਾਂ ਦੀ ਮ੍ਰਿਤਿਊ ਹੋ ਜਾਂਦੀ ਹੈ। ਆਫਰਿਓ ਜਮ ਮਾਰਿਆ ਨਾ ਜਾਏ, ਜਿਹੜਾ ਜਮ ਹੈ ਨਾ ਭਾਈ ਅਮੋੜ ਹੈ, ਕਿਸੇ ਕੋਲੋਂ ਨਹੀਂ ਮੋੜਿਆ ਨਹੀਂ ਜਾਂਦਾ। ਜਿਵੇਂ ਕੋਈ ਮੰਨ ਲਓ ਅਵਾਰਾ ਪਸ਼ੂ ਆ ਜਾਵੇ ਨਾ, ਅਸੀਂ ਡੰਡਾ ਲੈ ਕੇ ਉਹਨੂੰ ਮੋੜ ਦਿੰਦੇ, ਕੁੱਤਾ ਆ ਜਾਵੇ ਤੇ ਉਹਨੂੰ ਵੀ ਅਸੀਂ ਡੰਡੇ ਨਾਲ ਮੋੜ, ਪਰ ਜਮ ਜਦੋਂ ਆ ਗਿਆ ਉਹ ਮੋੜਿਆ ਨਹੀਂ ਜਾਣਾ ਕਿਸੇ ਕੋਲ, ਉਹ ਅਫਰਿਓ ਹੈ ਅਮੋੜ ਹੈ, ਕਿਸੇ ਕੋਲੋਂ ਮੋੜਿਆ ਨਹੀਂ ਜਾਂਦਾ। ਅਫਰਿਓ ਜਮ ਮਾਰਿਆ ਨਾ ਜਾਏ, ਜਿਹੜਾ ਜਮਦੂਤ ਹੈ ਉਹ ਅਫੜ ਹੈ, ਕਿਸੇ ਕੋਲੋਂ ਫੜਿਆ ਨਹੀਂ ਜਾਂਦਾ, ਕਿਸੇ ਕੋਲੋਂ ਮੋੜਿਆ ਨਹੀਂ ਜਾਂਦਾ ਹੈ। ਗੁਰ ਕਾ ਸ਼ਬਦ ਨੇੜ ਨਾ ਆਏ, ਗੁਰੂ ਦਾ ਸ਼ਬਦ ਜਪਦੇ ਨੇ ਉਹਨਾਂ ਦੇ ਨੇੜੇ ਨਹੀਂ ਆਉਂਦਾ। ਗੁਰੂ ਦੇ ਸ਼ਬਦ ਦੀ ਕਮਾਈ ਹੈ ਸੀ ਭਾਈ ਜੈਮਲ ਸਿੰਘ ਜੀ ਹੋਏ ਨਾ ਪੰਜੋਖਰਾ ਸਾਹਿਬ ਦੀ ਧਰਤੀ 'ਤੇ, ਉਹਨਾਂ ਦੇ ਜੀਵਨ ਵਿੱਚ ਵਚਨ ਆਉਂਦਾ ਵੀ ਉਹਨਾਂ ਨੇ ਗੁਰੂ ਕਾ ਅੰਮ੍ਰਿਤ ਛਕੇ ਨਾ ਗੁਰਮੁਖੋ, ਅਤੇ ਉਹ ਬਾਣੀ ਪੜ੍ਹਨ ਲੱਗ ਪਿਆ, ਨਾਮ ਜਪਣ ਲੱਗ ਪਿਆ। ਬਾਣੀ ਪੜ੍ਹਦਿਆਂ ਪੜ੍ਹਦਿਆਂ ਥੋੜ੍ਹੇ ਕੁ ਦਿਨ ਮਹੀਨੇ ਬਤੀਤ ਹੋਏ ਅਤੇ ਸਰੀਰ ਬਿਮਾਰ ਹੋ ਗਿਆ।
ਕਿਸੇ ਟਾਈਮ ਕੋਈ ਕਰਮ ਹੀ ਇਹੋ ਜਿਹਾ ਹੁੰਦਾ ਵੀ ਉਹ ਕਰਮ ਦਾ ਫਲ ਭੋਗਣ ਵਾਸਤੇ, ਜਾਂ ਸਤਿਗੁਰੂ ਵੀ ਕਿਰਪਾ ਕਰਦੇ ਕੋਈ ਵੱਡਾ ਦੁੱਖ ਹੈ ਤਾਂ ਉਸਨੂੰ ਛੋਟੇ ਵਿੱਚ ਨਿਪਟਾ ਕੇ ਦੁੱਖ ਦੂਰ ਕਰ ਦਿੰਦਾ। ਬਿਮਾਰ ਹੋ ਗਿਆ, ਦਵਾਈ ਬੂਟੀ ਕੀਤੀ ਹੈ, ਪਰ ਦਵਾਈ ਬੂਟੀ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਿਆ, ਅਤੇ ਸਰੀਰ ਹੌਲੀ 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 ਕਮਜ਼ੋਰ ਹੁੰਦਾ। ਅਤੇ ਭਾਈ ਜੈਮਲ ਸਿੰਘ ਦੱਸਦੇ ਵੀ ਇਸ ਤਰ੍ਹਾਂ ਲੱਗਣ ਲੱਗ ਪਿਆ ਵੀ ਹੁਣ ਮੇਰੀ ਮ੍ਰਿਤਿਊ ਹੈ, ਹੁਣ ਮੈਂ ਸਰੀਰ ਛੱਡ ਹੀ ਜਾਣਾ, ਹੁਣ ਬਚਾਂਗਾ। ਅਤੇ ਕਹਿਣ ਲੱਗੇ ਮੰਜੇ 'ਤੇ ਲੰਮੇ ਪਿਆ ਹੋਇਆ ਅਤੇ ਮੈਂ ਸਤਿਗੁਰਾਂ ਦੇ ਸ਼ਬਦ ਮੂਲ ਮੰਤਰ ਨੂੰ ਜਪਦਾ ਪਿਆ, ਮੂਲ ਮੰਤਰ ਦਾ ਪਾਠ ਕਰਦਾ ਪਿਆ। ਅਤੇ ਮੈਨੂੰ ਇਸ ਤਰ੍ਹਾਂ ਦਿਸਦਾ ਪਿਆ ਜਿਵੇਂ ਜਮ ਆ ਗਿਆ ਲੈਣ ਵਾਸਤੇ, ਅਤੇ ਮੇਰੇ ਕੋਲ ਆ ਕੇ ਖੜ੍ਹੇ ਨੇ, ਅਤੇ ਇੱਕ ਜਮ ਜਿਹੜਾ ਨਾ ਦੂਜੇ ਨੂੰ ਕਹਿੰਦਾ ਪਿਆ ਵੀ ਕੱਢਦਾ ਨਹੀਂ ਪਿਆ ਇਹਦੇ ਪ੍ਰਾਣ, ਪ੍ਰਾਣ ਕੱਢ, ਇਹਦਾ ਸਮਾਂ ਹੋ ਗਿਆ। ਅਤੇ ਜਿਹਨੇ ਪ੍ਰਾਣ ਕੱਢਣੇ ਨੇ ਉਹ ਕਹਿੰਦਾ ਪਿਆ, ਕਹਿੰਦਾ ਪ੍ਰਾਣ ਮੈਂ ਇਹਦੇ ਕੱਢ ਨਹੀਂ ਸਕਦਾ, ਇਹ ਸਿਮਰਨ ਵਿੱਚ ਜੁੜਿਆ ਹੋਇਆ, ਇਸ ਵੇਲੇ ਸਿਮਰਨ ਕਰਦਾ ਪਿਆ, ਅਤੇ ਮੈਂ ਇਹਦੇ ਪ੍ਰਾਣ ਕਿਵੇਂ ਕੱਢਾਂ। ਕਹਿਣ ਲੱਗੇ ਫਿਰ ਉਹ ਵਾਪਸ ਹੀ ਮੁੜ ਗਿਆ ਵੀ ਇਹਦੇ ਸਿਮਰਨ ਵਿੱਚ ਜੁੜਿਆ ਹੋਇਆ, ਇਹਦੇ 'ਤੇ ਮੂਲ ਮੰਤਰ ਦਾ ਜਾਪ ਹੋ ਰਿਹਾ, ਮੁੜ ਗਿਆ ਵਾਪਸ ਲੈ ਕੇ ਦੇ ਗਈ। ਕੋਈ ਸਮੇਂ ਬਾਅਦ ਸਰੀਰ ਤੰਦਰੁਸਤ ਹੋਇਆ ਅਤੇ ਉਹਨਾਂ ਨੇ ਆਪਣੇ ਜੀਵਨ ਦਾ ਇਹ ਬਚਨ ਸੁਣਾਇਆ, ਕਹਿੰਦੇ ਇਸ ਤਰ੍ਹਾਂ ਗੁਰੂ ਨੇ ਕਿਰਪਾ ਵਰਤਾਈ। ਮਹਾਰਾਜ ਕਹਿਣ ਲੱਗੇ ਭਾਈ ਗੁਰ ਕਹਿ ਸਬਦੇ ਨੇੜ ਨਾ ਆਵੇ, ਜਿਨ੍ਹਾਂ ਦੇ ਉੱਪਰ ਗੁਰੂ ਸ਼ਬਦ ਦੀ ਕਮਾਈ ਦਾ ਵਚਨ ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਨੂੰ ਜਮ ਫਿਰ ਨੇੜੇ ਨਹੀਂ ਆਉਂਦਾ, ਦੂਰੋਂ ਹੀ ਭੱਜ ਜਾਂਦਾ ਹੈ। ਸ਼ਬਦ ਸੁਣੇ ਤਾਂ ਦੂਰੋਂ ਭੱਗ ਹੈ, ਜਿਸ ਵੇਲੇ ਰਾਮ ਦੇ ਨਾਮ ਦਾ ਜਾਂ ਨਾਰਾਇਣ ਦਾ ਜਾਂ ਵਾਹਿਗੁਰੂ ਦਾ ਸ਼ਬਦ ਸੁਣਦਾ ਹੈ ਤੇ ਜਮ ਸੁਣ ਕੇ ਦੂਰੋਂ ਹੀ ਭੱਜ ਜਾਂਦਾ, ਨਾਲ ਨਾਰਾਇਣ ਮੇਰਾ ਜਮਦੂਤ ਆਵੇ ਨੇ, ਐਸੀ ਦਾਤ ਪ੍ਰਾਪਤ ਹੁੰਦੀ ਹੈ। ਮਤ ਮਾਰੇ ਹਰ ਜਿਓ ਬੇਪਰਵਾਹ ਹੈ, ਸਤਿਗੁਰੂ ਜਮ ਕਿਉਂ ਭੱਜ ਜਾਂਦਾ? ਮਹਾਰਾਜ ਕਹਿਣ ਲੱਗੇ ਉਹ ਡਰਦਾ ਹੈ ਵੀ ਮਤਾ ਮੈਨੂੰ ਬੇਪਰਵਾਹ ਪਰਮਾਤਮਾ ਹੀ ਨਾ ਕਿਤੇ ਮੈਨੂੰ ਸਜ਼ਾ ਦੇਵੇ, ਇਹ ਤੇ ਰੱਬ ਦਾ ਪਿਆਰਾ ਹੈ, ਬੰਦਗੀ ਕਰਨ ਵਾਲਾ, ਜੇ ਮੈਂ ਇਹਨੂੰ ਦੁੱਖ ਦਿੱਤਾ ਤੇ ਕਿਤੇ ਪਰਮਾਤਮਾ ਮੇਰੇ ਕਰਮਾਂ ਦੀ ਸਜ਼ਾ ਦੇਣ ਵਾਸਤੇ ਮੈਨੂੰ ਮਾਰ ਨਾ ਦੇਣਾ ਕਰੇ। ਹਰ ਜਿਉ ਕੀ ਹੈ ਸਭ ਸਿਰਕਾਰਾ ਕਹੀਏ ਰਈਅਤ, ਇਹ ਪ੍ਰਜਾ ਜਿੰਨੀ ਵੀ ਦੁਨੀਆ ਹੈ ਨਾ ਪਰਮਾਤਮਾ ਦੀ ਪ੍ਰਜਾ ਹੈ, ਉਹ ਰਾਜਾ ਹੈ, ਤੁਮ ਹੋ ਸਭ ਰਾਜਨ ਕੇ ਰਾਜਾ, ਉਹ ਐਸਾ ਹੈ ਵੀ ਜਿੰਨੇ ਆਪਾਂ ਤੇ ਦੁਨੀਆਂ ਦੇ ਰਾਜੇ ਤੇ ਕੇਵਲ ਮਨੁੱਖਾਂ ਤੇ ਹੀ ਰਾਜ ਕਰਦੇ ਨੇ, ਪਸ਼ੂ ਪੰਛੀ ਥੋੜ੍ਹੇ ਉਹਨਾਂ ਦੇ ਕਹਿਣੇ ਵਿੱਚ ਰਹਿੰਦੇ। ਜਿਵੇਂ ਔਰੰਗਜ਼ੇਬ ਨੂੰ ਉਹਦੀ ਪੁੱਤਰੀ ਨੇ ਆਖਿਆ ਸੀ ਜੇ ਤੂੰ ਐਡਾ ਹੀ ਤੇਰਾ ਹੁਕਮ ਚੱਲਦਾ ਤੇ ਆ ਪੰਛੀ ਬੋਲਦੇ ਪੈਟਾਂ ਨਹੀਂ ਤੇ ਚੁੱਪ ਕਰਾਇਆ ਨੇ, ਅਤੇ ਬੜਾ ਯਤਨ ਕੀਤਾ ਪਰ ਪੰਛੀ ਚੁੱਪ ਨਾ ਉਹਦੇ ਕੋਲ ਹੋਏ। ਦੁਨੀਆਂ ਦੇ ਬਾਦਸ਼ਾਹ ਬੰਦਿਆਂ ਦੇ ਹੁਕਮ ਚਲਾ ਸਕਦੇ, ਪਸ਼ੂ ਪੰਛੀ ਆਪਣੀ ਮੌਜ ਨਾਲ ਹੀ ਵਿਚਰਦੇ, ਪਰ ਪਰਮਾਤਮਾ ਦਾ ਹੁਕਮ ਪਸ਼ੂ ਪੰਛੀਆਂ 'ਤੇ ਵੀ ਚੱਲਦਾ। ਉਹ ਇਹੋ ਜਿਹਾ ਰਾਜਾ ਹੈ ਵੀ ਸਾਰੀ ਪ੍ਰਜਾ ਜੋ ਦੁਨੀਆਂ ਬਣਾਈ ਹੈ ਸ੍ਰਿਸ਼ਟੀ ਕਣ ਕਣ ਦੇ ਵਿੱਚ ਸਾਰਿਆਂ ਦੇ ਉੱਪਰ ਉਸਦਾ ਹੁਕਮ ਚੱਲਦਾ ਹੈ। ਇਹੋ ਜਮ ਕਿਆ ਕਰੇ ਵਿਚਾਰਾ, ਜਮਦੂਤ ਕੀ ਕਰ ਸਕਦਾ, ਇਹ ਵਿਚਾਰਾ ਜਮ ਕੀ ਕਰੇਗਾ, ਇਹ ਤਾਂ ਵਿਚਾਰਾ ਹੀ ਹੈ ਨਾ, ਵਿਚਾਰਾ ਫਿਰ ਤਰਸਯੋਗ ਹਾਲਤ ਵਿੱਚ ਹੀ ਕਿਸੇ ਦਾ ਕੀ ਵਿਗਾੜ ਸਕਦਾ, ਨਹੀਂ ਵਿਗਾੜਿਆ ਜਾਂਦਾ ਹੈ। ਹੁਕਮੀ ਬੰਦਾ ਹੁਕਮ ਕਮਾਵੇ, ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਜਮ ਹੈ ਨਾ ਇਹ ਹੁਕਮੀ ਬੰਦਾ ਹੈ, ਬੰਦਾ ਕੀ ਇਹ ਦਾਸ ਹੈ, ਦਾਸ ਕੀ ਇਹ ਗੁਲਾਮ ਹੈ, ਇਹ ਜਮ ਵੀ ਪਰਮਾਤਮਾ ਦਾ ਗੁਲਾਮ ਹੈ, ਅਤੇ ਗੁਲਾਮ ਆਪਣੇ ਮਾਲਕ ਦੇ ਹੁਕਮ ਤੋਂ ਬਿਨਾਂ ਨਹੀਂ ਕੁਝ ਕਰਦਾ ਹੈ, ਮਾਲਕ ਹੁਕਮ ਕਰੇ ਤਾਂ ਹੀ ਗੁਲਾਮ ਕੁਝ ਕਰਦਾ ਹੈ। ਹੁਕਮੇ ਕੜਦਾ ਸਾਹਾ ਹੈ, ਉਹਦੇ ਵਿੱਚ ਹੀ ਜਦੋਂ ਅਕਾਲ ਪੁਰਖ ਦਾ ਹੁਕਮ ਹੁੰਦਾ ਤੇ ਇਹ ਜਮ ਜਿਹੜਾ ਤਾਂ ਹੀ ਸਾਹ ਕੱਢਦਾ ਆ ਕੇ ਜੀਵਾਂ ਦੀ, ਤਾਂ ਹੀ ਮੌਤ ਬਣ ਦਿੰਦਾ ਹੈ।
ਗੁਰਮੁਖ ਸਾਚੇ ਕੀਆ ਅਕਾਰਾ। ਗੁਰਮੁਖ ਨੇ ਭਾਈ ਉਹਨਾਂ ਨੂੰ ਐਸੀ ਦਾਤ ਪ੍ਰਾਪਤ ਹੋਈ ਹੈ, ਉਹ ਨਿਸ਼ਚੇ ਕਰਦੇ ਨੇ ਵੀ ਸਾਰੇ ਸੰਸਾਰ ਦਾ ਆਕਾਰ ਪਰਮਾਤਮਾ ਨੇ ਬਣਾਇਆ ਹੈ। ਇਹ ਗੁਰਮੁਖਾਂ ਦੇ ਮਨ ਵਿੱਚ ਨਿਸ਼ਚਾ ਹੈ, ਇਹ ਭਰੋਸਾ ਹੈ। ਗੁਰਮੁਖ ਪਸਰਿਆ ਸਭ ਪਾਸਾਰਾ। ਗੁਰਮੁਖ ਜਾਣਦੇ ਨੇ ਇਹ ਜਿੰਨਾ ਵੀ ਪਸਾਰਾ ਪਸਰਿਆ ਹੋਇਆ, ਪਹਾੜ ਨੇ, ਪਸ਼ੂ ਨੇ, ਪੰਛੀ ਨੇ, ਜੰਗਲ ਹੈ, ਪਾਣੀ ਹੈ, ਇਹ ਸਭ ਕੁਝ ਪਰਮਾਤਮਾ ਨੇ ਪਸਾਰਾ ਪਸਾਰਿਆ ਹੋਇਆ ਤੇ ਸਾਰੇ ਵਿੱਚ ਆਪ ਸੁਭਾਵਾਨ ਹੋਇਆ ਹੋਇਆ ਹੈ। ਗੁਰਮੁਖ ਹੋਵੇ ਸੋ ਸੱਚ ਬੁਝੈ। ਜਿਹੜੇ ਗੁਰਮੁਖ ਹੁੰਦੇ ਨੇ ਉਹ ਸੱਚ ਸਰੂਪ ਪਰਮਾਤਮਾ ਨੂੰ ਬੁਝ ਲੈਂਦੇ, ਭਾਵ ਕੇ ਜਾਣ ਲੈਂਦੇ ਹਨ। ਸ਼ਬਦ ਸੱਚੇ ਸੁਖਤਾ ਹੈ। ਐਸੇ ਗੁਰਮੁਖਾਂ ਨੂੰ ਸੱਚੇ ਸ਼ਬਦ ਕਰਕੇ ਸਦੀਵ ਕਾਲ ਦਾ ਸੁੱਖ ਮਿਲਦਾ। ਗੁਰਮੁਖ ਇੱਕ ਤੇ ਸੁੱਖ ਸਾਨੂੰ ਮਿਲਿਆ, ਮੰਨ ਲਓ ਵੀ ਅੱਜ ਅਸੀਂ ਨਵਾਂ ਘਰ ਲਿਆ ਹੈ ਤੇ ਸਾਨੂੰ ਬੜਾ ਸੁੱਖ ਹੋਵੇਗਾ, ਪਰ ਉਹ ਸੁੱਖ ਕਿੰਨੇ ਚਿਰ ਦਾ? ਥੋੜ੍ਹੇ ਸਮੇਂ ਦਾ ਹੀ। ਪਹਿਲਾਂ ਅਸੀਂ ਲੋਕਾਂ ਨੂੰ ਵਿਖਾਵਾਂਗੇ, ਰਿਸ਼ਤੇਦਾਰਾਂ ਨੂੰ, ਆਪਣੇ ਘਰ ਨੂੰ ਜਾ ਕੇ ਨਾਲ ਵੀ ਆਹ ਬਣਾਇਆ, ਮੈਂ ਆਹ ਬਣਾਇਆ। ਥੋੜ੍ਹੇ ਸਮੇਂ ਬਾਅਦ ਉਹੀ ਘਰ ਕੂੜੇ ਕਰਕਟ ਨਾਲ ਭਰਿਆ ਹੋਵੇਗਾ, ਸਫਾਈ ਕੋਈ ਨਹੀਂ ਕਰਦਾ, ਉਹ ਜਿਹੜਾ ਸੁੱਖ ਸੀਗਾ ਸਵਾਦ ਉਹ ਖਤਮ ਹੋ ਗਿਆ। ਕੋਈ ਗੱਡੀ ਮੋਟਰ ਲੈ ਲੈਂਦਾ ਹੈ, ਉਹ ਵਿਖਾਉਂਦਾ ਦੋ ਚਾਰ ਦਿਨ ਵਾਸਤੇ ਬੜਾ ਸੁੱਖ ਜਿਹਾ ਲੱਗਦਾ, ਪਰ ਬਾਅਦ ਵਿੱਚ ਉਹੀ ਗੱਡੀ ਮਿੱਟੀ ਘਟੇ ਨਾਲ ਭਰੀ ਹੋਈ। ਇਸੇ ਤਰ੍ਹਾਂ ਨਵਾਂ ਅਸੀਂ ਕੋਈ ਕੱਪੜਾ ਲੈਂਦੇ ਹਾਂ ਅਤੇ ਕੱਪੜਾ ਜੁੱਤੀ ਲੈਂਦੇ ਹਾਂ ਅਤੇ ਉਹ ਵਿਖਾਈ ਦੀ, ਪਰ ਦੋ ਚਾਰ ਦਿਨ ਦਾ ਹੀ ਸੁੱਖ ਹੈ, ਮੁੜ ਕੇ ਉਹਨੂੰ ਗੋਜਦਾ ਨਹੀਂ। ਪਰ ਪਾਤਸ਼ਾਹ ਕਹਿਣ ਲੱਗੇ, ਭਾਈ ਜਿਹੜਾ ਪਰਮਾਤਮਾ ਦੇ ਮਿਲਾਪ ਦਾ ਸੁੱਖ ਹੈ ਨਾ, ਸਦੀਵ ਸੁੱਖ ਹੈ, ਸਦੀਵ ਆਨੰਦ ਹੈ, ਜਿਹੜਾ ਕਦੇ ਖਤਮ ਨਹੀਂ ਹੁੰਦਾ ਹੈ। ਗੁਰਮੁਖ ਜਾਤਾ ਕਰਮ ਵਿਧਾਤਾ। ਉਹਨਾਂ ਨੇ ਇਸ ਗੱਲ ਨੂੰ ਜਾਣਿਆ ਹੈ ਵੀ ਕਰਮ ਵਿਧਾਤਾ ਫਲ ਵਰਦਾਤਾ ਪਰਮਾਤਮਾ ਹੀ ਹੈ, ਗੁਰਮੁਖਾਂ ਨੇ ਜਾਣਿਆ। ਜਿਵੇਂ ਅਸੀਂ ਸੰਸਾਰੀ ਲੋਕ ਅਤੇ ਕੁੱਤੇ ਨੂੰ ਇੱਟਾਂ ਮਾਰੀਏ ਤਾਂ ਕੁੱਤਾ ਭੱਜ ਕੇ ਇੱਟੇ ਵੱਲ ਜਾਂਦਾ, ਪੱਥਰ ਵੱਲ ਜਾਂਦਾ, ਮੈਨੂੰ ਵੱਜ ਜਾਂਦਾ। ਪਰ ਉਹੀ ਪੱਥਰ ਜੇ ਸ਼ੇਰ ਨੂੰ ਮਾਰੀਏ ਤਾਂ ਉਹ ਭੱਜ ਕੇ ਜਿਹਨੇ ਮਾਰਿਆ ਹੈ ਉਹਦੇ ਵੱਲ ਆਉਂਦਾ ਹੈ। ਗੁਰਮੁਖਾਂ ਦਾ ਸੁਭਾਅ ਸ਼ੇਰ ਵਰਗਾ ਹੈ, ਦੁੱਖ ਆ ਗਿਆ, ਸੁੱਖ ਆ ਗਿਆ, ਉਹ ਪਰਮਾਤਮਾ ਤੋਂ ਹੀ ਜਾਣਦੇ ਨੇ। ਜਿਹੜੇ ਮਨਮੁੱਖ ਨੇ ਸੁਭਾਅ ਕੁੱਤੇ ਵਰਗਾ, ਉਹਨਾਂ ਦਾ ਇਰਾਦਾ ਇਹ ਹੁੰਦਾ ਵੀ ਦੁੱਖ ਮੈਨੂੰ ਫਲਾਣੇ ਨੇ ਦਿੱਤਾ। ਹੁਣ ਪੱਥਰ ਆਪਣੇ ਆਪ ਥੋੜ੍ਹੀ ਵੱਜਿਆ, ਪਰ ਕੁੱਤੇ ਨੂੰ ਇਹ ਲੱਗਦਾ ਪੱਥਰ ਆਪੇ ਆ ਕੇ ਵੱਜਿਆ, ਕੁੱਤਾ ਪੱਥਰ ਨੂੰ ਪਈ ਜਾਂਦਾ। ਪਰ ਸ਼ੇਰ ਦਾ ਸੁਭਾਅ ਨੂੰ ਪਤਾ ਵੀ ਪੱਥਰ ਆਪ ਨਹੀਂ ਵੱਜਾ, ਜਿਹਨੇ ਮਾਰਿਆ ਪਹਿਲਾਂ ਮੈਂ ਉਹਨੂੰ ਫੜਾਂਗਾ। ਗੁਰਮੁਖਾਂ ਦਾ ਸੁਭਾਅ ਹੀ ਹੈ ਵੀ ਉਹ ਪਰਮਾਤਮਾ ਨੂੰ ਜਾਣਦੇ ਵੀ ਦੁੱਖ ਸੁੱਖ ਉਹੀ ਦੇਣ ਵਾਲਾ ਹੈ। ਮਨਮੁੱਖਾਂ ਦਾ ਸੁਭਾਅ ਦੁਨੀਆ ਵੱਲ ਹੈ। ਜੁਗ ਚਾਰੇ ਗੁਰ ਸ਼ਬਦ ਪਛਾਤਾ। ਜੇ ਕਿਸੇ ਨੇ ਭਗਤਾਂ ਨੇ ਪਛਾਣਿਆ ਹੈ ਤਾਂ ਗੁਰੂ ਸ਼ਬਦ ਕਰਕੇ। ਗੁਰਮੁਖੋ ਜੇ ਭਗਤ ਧਰੂਗ ਹੈ ਨਾ ਬੰਦਗੀ ਕਰਨ ਵਾਸਤੇ, ਅਤੇ ਨਾਰਦ ਮੁਨੀ ਨੇ ਉਪਦੇਸ਼ ਦਿੱਤਾ, ਭਗਤ ਪ੍ਰਹਿਲਾਦ ਜੀ ਗਏ ਨੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ। ਯੁੱਗ ਭਾਵੇਂ ਕੋਈ ਵੀ ਹੋਵੇ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਜਾਣਿਆ ਹੈ। ਗੁਰਮੁਖ ਮਰੇ ਨਾ ਜਨਮੇ ਗੁਰਮੁਖ। ਭਾਈ ਉਹ ਬ੍ਰਹਮ ਦਾ ਰੂਪ ਹੋ ਜਾਂਦੇ, ਨਾ ਹੀ ਉਹ ਜੰਮਦੇ ਨੇ ਨਾ ਹੀ ਉਹ ਮਰਦੇ ਨੇ, ਜੰਮਣ ਮਰਨ ਤੋਂ ਥੱਲੇ ਹੋ ਜਾਂਦੇ ਹਨ। ਗੁਰਮੁਖ ਸ਼ਬਦ ਸਮਾਹਾ ਹੈ। ਗੁਰਮੁਖ ਜਿਹੜੇ ਨੇ ਉਹ ਸ਼ਬਦ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ, ਉਸੇ ਵਿੱਚ ਹੀ ਸਮਾ ਜਾਂਦੇ ਹਨ। ਗੁਰਮੁਖ ਨਾਮ ਸ਼ਬਦ ਸਲਾਹੇ। ਜਿਹੜੇ ਨੇ ਭਾਈ ਉਹ ਗੁਰੂ ਦੇ ਉਪਦੇਸ਼ ਦੁਆਰਾ ਉਸ ਪਰਮਾਤਮਾ ਨੂੰ ਸਲਾਹੁੰਦੇ ਨੇ। ਗੁਰਮੁਖ ਜਿਹੜੇ ਨੇ ਨਾਮ ਕਹੀਏ ਗੁਰੂ ਦੇ ਉਪਦੇਸ਼ ਦੇ ਨੂੰ ਲੈ ਕੇ, ਅਤੇ ਸ਼ਬਦ ਸਲਾਹੇ ਸ਼ਬਦ ਕਹੀਏ ਗੁਰੂ ਦਾ ਉਪਦੇਸ਼ ਲੈ ਕੇ, ਉਸ ਪਰਮਾਤਮਾ ਦੀ ਸਲਾਹੇ ਕਹੀਏ ਸ਼ਲਾਘਾ ਕਰਦੇ, ਸਿਫਤ ਕਰਦੇ ਨਾਮ ਜਪ ਕੇ।
ਅਗਮ ਅਗੋਚਰ ਬੇਪਰਵਾਹੇ ਹੈ, ਕਹਿਣ ਲੱਗੇ ਅਗਮ ਹੈ ਪਰਮਾਤਮਾ ਮਨ ਦੀ ਗਮਤਾ ਤੋਂ ਪਰੇ, ਪਰ ਜੇ ਉੱਪਰ ਟਿੱਟੀ ਹੋਵੇ ਫਿਰ ਹੋ ਜਾਂਦਾ ਹੈ ਅਗਮ, ਪਰ ਇਹ ਟਿੱਟੀ ਤੋਂ ਬਿਨਾਂ ਹੈ ਮੁਕਤੇ ਅੱਖਰ ਨੇ। ਅਗਮ ਅਗਮ ਕਹੀਏ ਮਨ ਦੀ ਗਮਤਾ ਤੋਂ ਪਰੇ, ਅਗੋਚਰ ਜਿਹੜਾ ਹੱਥਾਂ ਵਿੱਚ ਨਹੀਂ ਫੜਿਆ ਜਾਂਦਾ, ਬੇਪਰਵਾਹ ਪਰਮਾਤਮਾ ਐਸਾ ਹੈ। ਇੱਕ ਨਾਮ ਜੁਗ ਚਾਰ ਉਧਾਰੇ, ਪਰਮਾਤਮਾ ਦਾ ਇੱਕ ਨਾਮ ਹੈ ਜਿਹੜਾ ਚਾਰ ਜੁਗਾਂ ਵਿੱਚ ਜੀਵ ਦਾ ਉਧਾਰ ਕਰਦਾ। ਆਪਾਂ ਬਚਨ ਪੜ੍ਹਦੇ ਸੀ ਅਕਾਲ ਪੁਰਖ ਨੇ ਇੱਕ ਇੱਕ ਅੱਖਰ ਦਾ ਨੌ ਨੌ ਯੁਗ ਜਾਪ ਕੀਤਾ ਹੈ, ਜਿਵੇਂ ਸਤਯੁਗ ਵਿੱਚ ਵਾਵਾ ਅੱਖਰ ਮਿਲਿਆ, ਦੁਆਪਰ ਤ੍ਰੇਤੇ ਦੇ ਵਿੱਚ ਹਾਹਾ ਅੱਖਰ ਮਿਲਿਆ, ਦੁਆਪਰ ਵਿੱਚ ਗੰਗਾ ਅਤੇ ਕਲਯੁਗ ਵਿੱਚ ਰਾਰਾ। ਇਹਨਾਂ ਚਾਰ ਅੱਖਰਾਂ ਦਾ ਜਦੋਂ 36 ਯੁਗ ਘੁੱਪਾ ਹਨੇਰਾ ਰਿਹਾ ਨਾ, ਪਰਮਾਤਮਾ ਨੇ ਉਸ ਵੇਲੇ ਇਹਨਾਂ ਅੱਖਰਾਂ ਦਾ ਜਾਪ ਕੀਤਾ, ਅਤੇ ਫਿਰ ਉਹੀ ਅੱਖਰ ਜਿਹੜੇ ਨੇ ਸਾਡੇ ਭਲੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਮੰਤਰ ਦੇ ਕੇ ਸਾਡਾ ਭਲਾ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਨਾਮ ਯੁਗ ਚਾਰ ਉਧਾਰ ਹੈ, ਇੱਕ ਨਾਮ ਹੀ ਚਾਰ ਯੁਗਾਂ ਵਿੱਚ, ਕਿਸੇ ਤਰ੍ਹਾਂ ਦਾ ਵੀ ਨਾਮ ਹੋਵੇ ਉਸਨੇ ਚਾਰ ਯੁਗਾਂ ਵਿੱਚ ਭਗਤਾਂ ਦਾ ਉਧਾਰ ਕੀਤਾ ਹੈ। ਸ਼ਬਦ ਨਾਮ ਵਿਸਾਹਾ ਹੈ, ਉਪਦੇਸ਼ ਕਰਕੇ ਨਾਮ ਦਾ ਵਿਸਾਹਾ ਭਰੋਸਾ ਹੁੰਦਾ, ਨਾਮ ਜਪਣ ਵਾਲਿਆਂ ਨੂੰ ਭਰੋਸਾ। ਦੁਨੀਆਂ ਦੇ ਲੋਕ ਭਰੋਸਾ ਨਹੀਂ ਕਰਦੇ ਨਾ ਬਾਣੀ ਉੱਪਰ ਨਾ ਗੁਰੂ ਦੇ ਸ਼ਬਦ ਉੱਪਰ, ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪੂਰਾ ਪੂਰਾ ਭਰੋਸਾ ਹੈ। ਉਹ ਆਖਦੇ ਤੁਹਾਨੂੰ ਛੋੜ ਪ੍ਰਭ ਜਾਈਏ ਕਹਿ ਧਾਰ, ਤੈਨੂੰ ਛੱਡ ਕੇ ਜਾਈਏ ਅਤੇ ਫਿਰ ਜਾਈਏ ਕਿੱਥੇ, ਸਾਨੂੰ ਤਾਂ ਤੇਰਾ ਹੀ ਭਰੋਸਾ ਹੈ, ਇਸ ਤਰ੍ਹਾਂ ਭਰੋਸਾ ਧਾਰ ਕੇ ਬੈਠੇ ਹਨ। ਗੁਰਮੁਖ ਸ਼ਾਂਤ ਸਦਾ ਸੁਖ ਪਾਏ, ਸ਼ਾਂਤੀ ਕਰਕੇ ਸਦੀਵ ਸੁਖ ਪਾਉਂਦੇ। ਜਿੰਨਾ ਚਿਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਉਨਾ ਚਿਰ ਸੁਖ ਨਹੀਂ ਹੈ, ਮਨ ਦੌੜਿਆ ਕਰ, ਪਰ ਜਿਨ੍ਹਾਂ ਨੂੰ ਸ਼ਾਂਤੀ ਆਈ ਸਦਾ ਸੁਖ ਪਾਉਂਦੇ ਹਨ। ਗੁਰਮੁਖ ਹਿਰਦੇ ਨਾਮ ਵਸਾਏ, ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਇਆ ਹੈ, ਗੁਰਮੁਖ ਉਸਦੇ ਨਾਮ ਨੂੰ ਹਰ ਵੇਲੇ ਜਪਦੇ ਹਨ। ਗੁਰਮੁਖ ਹੋਵੇ ਸੋ ਨਾਮ ਬੁਝੈ, ਗੁਰਮੁਖ ਨੇ ਉਹ ਗੁਰੂ ਦੇ ਕੋਲੋਂ ਨਾਮ ਦਾ ਮਹਾਤਮ ਸਮਝਦੇ ਨੇ, ਸਤਿਗੁਰੂ ਦੱਸਦੇ ਨਾਮ ਦਾ ਮਹਾਤਮ। ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਸੁਖਮਨੀ ਸਾਹਿਬ ਦੀ ਗੁਰਬਾਣੀ ਦੀ ਅਸ਼ਟਪਦੀ ਪੜ੍ਹਦੀ ਆ ਨਾ, ਸੰਗਤਾਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਾਪ ਤਾਪ ਪੂਜਾ, ਪ੍ਰਭ ਕੈ ਸਿਮਰਨ ਬਿੰਸ। ਇਹ ਮਹਾਰਾਜ ਨੇ ਮਹਾਤਮ ਦੱਸਿਆ ਸਿਮਰਨ ਦਾ, ਸਾਰੀ ਅਸ਼ਟਪਦੀ ਵਿੱਚ ਨਾ ਮਹਾਤਮ ਫਲ ਦੱਸਿਆ ਵੀ ਰੱਬ ਦਾ ਸਿਮਰਨ ਕੀ ਕਰ ਸਕਦਾ। ਅਤੇ ਫਿਰ ਮਹਾਰਾਜ ਨੇ ਵੀ ਆਖਿਆ ਸੋ ਸਿਮਰੇ ਜਿਸ ਆਪ ਸਿਮਰਾਏ, ਸਿਮਰਦਾ ਵੀ ਉਹ ਹੈ ਜਿਹਨੇ ਮਿਹਰ ਕਰੇ ਵੀ ਆਪ ਆਈ ਸਿਮਰ, ਜਿੰਨਾ ਚਿਰ ਕਿਰਪਾ ਨਾ ਹੋਵੇ ਸਿਮਰਿਆ ਵੀ ਨਹੀਂ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਸੋ ਜਿਹੜੇ ਗੁਰਮੁਖ ਨੇ ਉਹ ਨਾਮ ਨੂੰ ਜਪ ਕੇ ਸਦੀਵ ਕਾਲ ਦਾ ਸੁਖ ਪਾਉਂਦੇ ਹਨ। ਕਾਟੇ ਦੁਰਮਤ ਫਾਹਾ ਹੈ, ਸੋ ਨਾਮ ਬੁਝੈ, ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਕੋਲੋਂ ਨਾਮ ਦਾ ਮਹਾਤਮ ਪੁੱਛਦੇ। ਸਤਿਗੁਰਾਂ ਨੇ ਸੁਖਮਨੀ ਸਾਹਿਬ ਵਿੱਚ ਬਚਨ ਆਖਿਆ ਨਾਮ ਤੁਲ ਕਾ ਸ਼ਬਦ, ਨਾਮ ਦੀ ਮਹਿਮਾ ਦੱਸਦਿਆਂ ਹੋਇਆਂ ਫਿਰ ਆਖਦੇ ਨਾਮ ਦੇ ਬਰਾਬਰ ਤੇ ਗੁਰੂ ਕਿਉਂ ਸਿੱਖੋ ਹੈ ਹੀ ਕੁਝ ਨਹੀਂ, ਸਭ ਤੋਂ ਵੱਡਾ ਹੈ। ਇਸ ਤਰ੍ਹਾਂ ਫਿਰ ਮਹਾਰਾਜ ਸਾਹਿਬ ਜੀ ਨਾਮ ਦੇ ਕੇ ਦੁਰਮਤ ਕਾਟੇ ਖੋਟੀ ਮਤ ਨੂੰ ਕੱਟ ਕੇ
ਤੇ ਫਾਹਾ ਹੈ ਜਮਾਂ ਦੇ ਫਾਹੇ ਨੂੰ ਵੀ ਮਹਾਰਾਜ ਕੱਟ ਦਿੰਦੇ ਹਨ। ਗੁਰਮੁਖ ਉਪਜੈ ਸੱਚ ਸਮਾਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਜਿਸ ਤੋਂ ਪੈਦਾ ਹੁੰਦੇ ਨਾਮ ਜਪ ਕੇ ਉਸੇ ਵਿੱਚ ਹੀ ਸਮਾ ਜਾਂਦੇ ਹਨ। ਨਾਮ ਅਰ ਜੰਮੇ ਨਾ ਜੂਨੀ ਪਾਵੈ। ਗੁਰਮੁਖ ਜਿਹੜੇ ਨੇ ਉਹ ਜੰਮ ਕੇ ਮਰਦੇ ਨਹੀਂ ਤੇ ਮਰ ਕੇ ਫਿਰ ਅੱਗੇ ਜੰਮਦੇ ਨਹੀਂ ਤੇ ਨਾ ਹੀ ਜੂਨਾਂ ਵਿੱਚ ਪੈਂਦੇ। ਜਿਵੇਂ ਬਚਨ ਨਾ ਜੰਮ ਜੰਮ ਮਰੈ ਮਰੈ ਫਿਰ ਜੰਮ ਪਿਆ ਮਰ ਕੇ ਚਲੇ ਗਿਆ ਫਿਰ ਜੰਮ ਪਿਆ ਫਿਰ ਮਰ ਗਿਆ। ਇਸ ਤਰ੍ਹਾਂ ਜੰਮਦੇ ਤੇ ਮਰਦੇ ਅਨੇਕਾਂ ਜੂਨੀਆਂ ਵਿੱਚ ਪੈਂਦੇ ਪਰ ਗੁਰਮੁਖ ਇਸ ਤਰ੍ਹਾਂ ਜੂਨਾਂ ਵਿੱਚ ਨਹੀਂ ਪੈਂਦੇ ਹਨ। ਗੁਰਮੁਖ ਸਦਾ ਰਹੇ ਰੰਗ ਰਾਤੇ। ਸਦੀਵ ਕਾਲ ਰੰਗ ਰਹੀਏ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ। ਗੁਰਮੁਖਾਂ ਨੂੰ ਹਰ ਵੇਲੇ ਨਾਮ ਦਾ ਰੰਗ ਚੜਿਆ ਰਹਿੰਦਾ। ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ ਜਿਨ ਪ੍ਰੇਮ ਕੀ ਉਚ ਨਹੀਂ ਪ੍ਰਭ ਪਾਏ ਐਸੇ ਫਿਰ ਪਰਮਾਤਮਾ ਨੂੰ ਪਾਉਂਦੇ ਹਨ। ਆਣ ਦਿਨ ਲੈਂਦੇ ਲਾਹਾ ਹੈ। ਜਿਹੜੇ ਨੇ ਭਾਈ ਉਹ ਦਿਨੇ ਰਾਤ ਨਾਮ ਦਾ ਹੀ ਲਾਹਾ ਲੈਂਦੇ ਨੇ ਜਿੰਨਾ ਵੀ ਹੋ ਸਕਦਾ ਲਾਹਾ ਖੱਟਿਓ ਦਿਹਾੜੀ ਬਾਣੀ ਦਾ ਬਚਨ ਉਹ ਫਿਰ ਵੱਧ ਤੋਂ ਵੱਧ ਨਾਮ ਦੇ ਜਪਣ ਨੂੰ ਲਾਹਾ ਪ੍ਰਾਪਤ ਕਰਦੇ ਹਨ। ਗੁਰਮੁਖ ਭਗਤ ਸੁਹੇ ਦਰਬਾਰ ਹੈ। ਗੁਰਮੁਖ ਨੇ ਉਹ ਪਰਮਾਤਮਾ ਦੇ ਦਰ ਤੇ ਸ਼ੋਭਾ ਪਾਉਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਬਚਨ ਮਹਾਰਾਜ ਕਹਿਣ ਲੱਗੇ ਉਹ ਭਗਤ ਪਰਮਾਤਮਾ ਦੀ ਸਿਫਤ ਕਰਕੇ ਤੇ ਸ਼ੋਭਾ ਪਾਉਂਦੇ ਤੇ ਬਚਨ ਆ ਗਿਆ ਗਾਵਣ ਤੁਦਨੋਂ ਵੀਰ ਕਰਾਰੇ ਗਾਵਣ ਤੁਦਨੋਂ ਪੰਡਤ ਪੜ੍ਹਨ ਰਕੀਸਰ ਯੋਗ ਯੋਗ ਵੇਦਾਂ। ਬਚਨ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਵੀ ਇਸ ਤਰ੍ਹਾਂ ਭਾਈ ਉਹ ਗੁਰਮੁਖ ਜਿਹੜੇ ਨੇ ਨਾਮ ਜਪ ਕੇ ਸ਼ੋਭਾ ਪਾਉਂਦੇ ਹਨ। ਸੱਚੀ ਬਾਣੀ ਸ਼ਬਦ ਸਵਾਰੇ। ਗੁਰਾਂ ਦੀ ਸੱਚੀ ਬਾਣੀ ਦੇ ਸ਼ਬਦ ਕਰਕੇ ਉਹਨਾਂ ਨੇ ਆਪਣੇ ਅੰਤਹਕਰਨ ਸਵਾਰ ਲੈਣਾ ਉਹਨਾਂ ਦੇ ਹਿਰਦੇ ਜਿਹੜੇ ਨੇ ਉਹ ਸ਼ੁੱਧ ਹੋ ਗਏ ਹਨ। ਅਣ ਦਿਨ ਗੁਣ ਗਾਵੇ ਦਿਨ ਰਾਤੇ। ਗੁਰਮੁਖ ਜਿਹੜੇ ਨੇ ਦਿਨੇ ਰਾਤ ਗੁਣ ਗਾਉਂਦੇ ਕੋਈ ਇਹੋ ਜਿਹਾ ਸਮਾਂ ਜਾ ਨਹੀਂ ਦਿੰਦੇ ਜਦੋਂ ਬਾਣੀ ਨਾ ਪੜ੍ਹ। ਸਾਡੇ ਵਰਗੇ ਸੰਸਾਰੀ ਲੋਕ ਐਵੇਂ ਧੰਦਿਆਂ ਵਿੱਚ ਗੱਲਾਂ ਵਿੱਚ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਹੀ ਬਰਬਾਦ ਕਰ ਲਈਦੇ ਪਰ ਬਾਅਦ ਵਿੱਚ ਉਹਨਾਂ ਗੱਲਾਂ ਦਾ ਮਤਲਬ ਹੀ ਕੋਈ ਨਹੀਂ ਨਿਕਲਦਾ। ਫਿਰ ਆਪ ਹੀ ਕਹਿ ਜਾਂਦੇ ਚਲੋ ਜੀ ਜੋ ਪਰਮਾਤਮਾ ਨੂੰ ਪਾਉਂਦਾ ਹੈ। ਦੋ ਘੰਟੇ ਲਾ ਕੇ ਗੱਲਾਂ ਕੀਤੀਆਂ ਫਿਰ ਬਾਅਦ ਵਿੱਚ ਆਖਿਆ ਜੋ ਰੱਬ ਨੂੰ ਪਾਉਂਦਾ ਹੈ। ਫਿਰ ਦੋ ਘੰਟੇ ਤਾਂ ਬਰਬਾਦ ਕਰ ਲੈਣ ਕਿ ਉਹੀ ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰਿਆ ਅਤੇ ਫਿਰ ਸਫਲਾ ਨਾ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਸਾਡੇ ਵਰਗੇ ਜਿਹੜੇ ਨੇ ਉਹ ਆਪਣਾ ਸਮਾਂ ਐਵੇਂ ਬਰਬਾਦ ਕਰ ਲੈਂਦੇ ਗੱਲਾਂ ਬਾਤਾਂ ਨਾਲ ਹੀ। ਗੁਰਮੁਖ ਜਿਹੜੇ ਨੇ ਉਹਨਾਂ ਸਮਾਂ ਬਾਣੀ ਪੜ੍ਹ ਕੇ ਸਫਲੇ ਹੁੰਦੇ ਹਨ। ਸਹਿਜ ਸਿੱਧੀ ਕਰ ਜਾਹਾ ਹੈ। ਸਹਿਜ ਸਿੱਧੀ ਗਿਆਨ ਦੇ ਸਹਿਤ ਹੋ ਕੇ ਸਰੂਪ ਘਰ ਦੇ ਵਿੱਚ ਜਾ ਕੇ ਪ੍ਰਾਪਤ ਹੁੰਦੇ ਹਨ। ਸਤਿਗੁਰ ਪੂਰਾ ਸ਼ਬਦ ਸੁਣਾਏ। ਸਤਿਗੁਰੂ ਜੀ ਸ਼ਬਦ ਕਹੀਏ ਉਪਦੇਸ਼ ਬਖਸ਼ਿਸ਼ ਕਰਦੇ ਪੂਰੇ ਸਤਿਗੁਰੂ ਐਸੀ ਕਿਰਪਾ ਕਰਕੇ ਉਪਦੇਸ਼ ਬਖਸ਼ਦੇ ਹਨ। ਅਣ ਦਿਨ ਭਗਤ ਕਰਹੋ ਲਿਵ ਲਾਏ। ਲਿਵ ਲਗਾ ਕੇ ਦਿਨੇ ਰਾਤ ਭਗਤੀ ਕਰਦੇ ਦਿਨੇ ਰਾਤ ਉਹਦੇ ਨਾਮ ਨੂੰ ਜਪਦੇ ਰਹਿੰਦੇ ਹਨ। ਹਰ ਗੁਣ ਗਾਵੇ ਸਦ ਹੀ ਨਿਰਮਲ। ਭਾਈ ਗੁਣ ਗਾਉਂਦੇ ਨੇ ਉਹਨਾਂ ਦੇ ਮਨ ਨਿਰਮਲ ਹੋ ਗਿਆ। ਨਿਰਮਲ ਤੋਂ ਭਾਵ ਹੈ ਮੈਲ ਤੋਂ ਰਹਿਤ, ਮੈਲ ਤੋਂ ਨਿਰੇ ਹੋ ਜਾਣਾ, ਵੱਖਰੇ ਹੋ ਜਾਣਾ। ਅਤੇ ਪਾਤਸ਼ਾਹ ਕਹਿਣ ਲੱਗੇ ਮੈਲ ਤੋਂ ਵੱਖਰਾ ਕਿਵੇਂ ਹੁੰਦਾ? ਹਰ ਗੁਣ ਗਾਵੈ। ਰੱਬ ਦੇ ਗੁਣ ਗਾਉਣੇ ਹੀ ਮੈਲ ਨੂੰ ਦੂਰ ਕਰਨਾ। ਭਰੀਏ ਮਤ ਪਾਪਾ ਕਹਿ ਸੰਗੋ ਧੋਪੈ ਨਾ ਵੇਖੇ ਰੰਗ। ਰੰਗ ਬਾਣੀ ਦਾ ਬਚਨ ਨਾਮ ਦੇ ਉਪਦੇਸ਼ ਦੀ ਕਮਾਈ ਦੇ ਨਾਲ
ਇਹ ਜਿਹੜਾ ਮੈਲ ਹੈ ਦੁਨੀਆ ਦੀ ਸੰਸਾਰ ਦੀ ਇਹ ਲਾਹ ਜਾਂਦੀ ਹੈ। ਨਿਰਮਲ ਗੁਣ ਪਾਤਸ਼ਾਹ ਹੈ, ਸ਼ੁਭ ਗੁਣਾ ਕਰਕੇ ਨਿਰਮਲ ਪਾਤਸ਼ਾਹ ਦਾ ਸਰੂਪ ਹੋ ਜਾਈਦਾ। ਹੁਣ ਜਿਹੜਾ ਗੁਰਮੁਖ ਉਹ ਬਾਣੀ ਪੜ੍ਹੇਗਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹ ਬਾਣੀ ਦਾ ਰੂਪ ਹੀ ਹੋ ਜਾਂਦਾ। ਜਿਹੜਾ ਪਰਮਾਤਮਾ ਦਾ ਨਾਮ ਜਪੇਗਾ, ਨਾਮ ਜਪਦਿਆਂ ਜਪਦਿਆਂ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਅਤੇ ਫਿਰ ਪਰਮਾਤਮਾ ਵਿੱਚ ਹੀ ਉਹ ਸਮਾ ਜਾਂਦਾ। ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਐਸੀ ਅਵਸਥਾ ਗੁਰਮੁਖਾਂ ਦੀ ਹੈ, ਉਹਨਾਂ ਦਾ ਪਰਮਾਤਮਾ ਦੇ ਵਿੱਚ ਹੀ ਉਸ ਵੇਲੇ ਸਮਾਉਣਾ ਹੋ ਜਾਂਦਾ, ਉਹਦੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ। ਐਸੀ ਦਾਤ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਗੁਣ ਕਾ ਦਾਤਾ ਸੱਚਾ ਸੋਈ, ਸੱਚਾ ਹੈ ਨਾ ਅਕਾਲ ਪੁਰਖ, ਉਹ ਭਾਈ ਗੁਣਾਂ ਦਾ ਦਾਤਾ ਹੈ। ਇਹ ਨਹੀਂ ਵੀ ਮੈਨੂੰ ਦੋ ਗੁਣ ਦੇ ਦਿੱਤੇ ਅਤੇ ਉਹਦੇ ਕੋਲ ਗੁਣ ਮੁੱਕ ਜਾਣਗੇ, ਨਹੀਂ ਉਹਦੇ ਕੋਲ ਨਹੀਂ ਮੁੱਕਣਗੇ। ਉਹ ਸਾਰੀ ਦੁਨੀਆਂ ਨੂੰ ਗੁਣ ਵੰਡਦਾ ਪਿਆ ਹੈ, ਪਰ ਉਹਦੇ ਕੋਲੋਂ ਗੁਣ ਮੁੱਕਦੇ ਨਹੀਂ, ਗੁਣਾਂ ਦਾ ਦਾਤਾ ਹੈ। ਸਭ ਤੋਂ ਵੱਡਾ ਗੁਣ ਇਹ ਕਰਦਾ ਪਿਆ, ਗੁਣ ਨਾਮ ਗੁਰਮੁਖ ਪਰਉਪਕਾਰ ਦਾ ਵੀ ਹੈ, ਸਾਡੇ ਤੇ ਪਰਉਪਕਾਰ ਵੀ ਕਰਦਾ। ਮੰਨ ਲਓ ਕਿ ਮੈਨੂੰ ਦੋ ਪ੍ਰਸ਼ਾਦੇ ਦੇ ਦਿੱਤੇ ਛਕਣ ਵਾਸਤੇ, ਤੇ ਇਹਦਾ ਮਤਲਬ ਨਹੀਂ ਹੈ ਵੀ ਬਾਕੀ ਦੁਨੀਆ ਵਾਸਤੇ ਪ੍ਰਸ਼ਾਦੇ ਮੁੱਕ, ਨਹੀਂ ਸਾਰਿਆਂ ਨੂੰ ਦਿੰਦਾ ਪਿਆ। ਉਹ ਦਾਤਾ ਜੋ ਹੈ ਉਹਦੇ ਕੋਲ ਘਾਟ ਹੀ ਨਹੀਂ ਕਿਸੇ ਚਾਹੀਦੀ। ਜਿੰਨਾ ਮਰਜ਼ੀ ਆਪਾਂ ਖਾਂਦੇ ਹਾਂ, ਪੀਂਦੇ ਹਾਂ, ਪਹਿਨਦੇ ਹਾਂ, ਸੰਸਾਰੀ ਗੁਣਾਂ ਕਾ ਦਾਤਾ ਉਹ ਸ਼ੁਭ ਗੁਣਾਂ ਨੂੰ ਵੀ ਦਿੰਦਾ ਹੈ, ਅਤੇ ਗੁਣ ਕਹੀਏ ਪਰਉਪਕਾਰ ਦਾ ਵੀ ਉਹ ਦਾਤਾ ਹੈ। ਐਸਾ ਉਹ ਵੱਡਾ ਪਰਮਾਤਮਾ ਹੈ ਅਤੇ ਸੱਚਾ ਸੋਈ ਸਾਰਿਆਂ ਵਿੱਚ ਉਹ ਸੱਚਾ ਸੁਭਾਇਮਾਨ ਹੈ। ਗੁਰਮੁਖ ਵਿਰਲਾ ਬੁੱਝੈ ਕੋਈ, ਕੋਈ ਵਿਰਲਾ ਗੁਰਮੁਖ ਬੁੱਝਦਾ ਹੈ, ਸਾਨੂੰ ਇਹ ਲੱਗਦਾ, ਸਾਨੂੰ ਨਹੀਂ ਇਹ ਸਮਝ ਆਉਂਦੀ ਇਹਨਾਂ ਬਚਨਾਂ ਦੀ, ਕਿਉਂਕਿ ਅਸੀਂ ਤਾਂ ਕੇਵਲ ਲਿਖਿਆ ਹੀ ਪੜ੍ਹਦੇ ਹਾਂ ਅਤੇ ਪੜ੍ਹੇ ਹੀ ਸੁਣ ਲੈਂਦੇ ਹਾਂ। ਪਰ ਗੁਰਮੁਖਾਂ ਨੇ ਅਨੁਭਵ ਕਰ ਲਿਆ ਹੈ, ਉਹਨਾਂ ਨੇ ਵੇਖ ਲਿਆ ਹੈ, ਉਹਨਾਂ ਨੇ ਜਾਣ ਲਿਆ ਵੀ ਭਾਈ ਉਹ ਸੱਚਾ ਹੀ ਸਾਰਿਆਂ ਨੂੰ ਦੇ ਰਿਹਾ ਹੈ। ਨਾਨਕ ਜਨ ਨਾਮ ਸਲਾਹੇ, ਮਹਾਰਾਜ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਨਾਮ ਨੂੰ ਸਲਾਹ ਕੇ ਵਿਕਸੇ ਕਰੀਏ, ਖੁਸ਼ ਹੁੰਦੇ, ਪ੍ਰਸੰਨ ਹੁੰਦੇ। ਐਸੇ ਗੁਰਮੁਖ ਹਨ, ਵਿਕਸੇ ਸੋ ਨਾਮ ਬੇਪਰਵਾਹ ਹੈ। ਗੁਰਬਾਣੀ ਦਾ ਵਿਸ਼ਰਾਮ ਇੱਥੇ ਹੈ, ਨਾਨਕ ਜਨ ਨਾਮ ਸਲਾਹੇ ਵਿਕਸੈ, ਇੱਥੇ ਵਿਸ਼ਰਾਮ ਲਾਵਾਂਗੇ। ਨਾਮ ਜਪਣ ਵਾਲੇ ਜਿਹੜੇ ਨੇ ਨਾਮ ਨੂੰ ਜਪ ਕੇ ਵਿਕਸੈ ਕਹੀਏ, ਪ੍ਰਸੰਨ ਹੁੰਦੇ, ਖੁਸ਼ ਹੁੰਦੇ ਹਨ। ਨਾਨਕ ਜਨ ਨਾਮ ਸਲਾਹੇ ਵਿਕਸੈ, ਜਪਣ ਵਾਲੇ ਨਾਮ ਨੂੰ ਜਪ ਕੇ ਵਿਕਸੈ ਕਰੀਏ, ਖੁਸ਼ ਹੁੰਦੇ, ਪ੍ਰਸੰਨ ਹੁੰਦੇ ਹਨ। ਸੋ ਨਾਮ ਬੇਪਰਵਾਹ ਹੈ, ਨਾਮ ਕਰਕੇ ਬੇਪਰਵਾਹ ਹੋ ਜਾਂਦੇ। ਸਾਨੂੰ ਦੁਨੀਆਦਾਰੀ ਦੀ ਪਰਵਾਹ ਹੈ, ਫਲਾਣਾ ਰਿਸ਼ਤੇਦਾਰ ਕੀ ਕਵੇਗਾ, ਅਸੀਂ ਆਖਦੇ ਹਾਂ ਸਾਡਾ ਨੱਕ ਨਹੀਂ ਦਿੰਦਾ, ਪਰਵਾਹ ਹੁੰਦੀ ਹੈ ਵੀ ਫਲਾਣਾ ਮਾਤਾ ਪਿਤਾ ਕੀ ਸਾਨੂੰ ਕਵੇਗਾ, ਮਾਂ ਪਿਓ ਕੀ ਕਹਿਣਗੇ, ਸਾਡੇ ਕੁੜਮ ਕੀ ਕਹਿਣਗੇ, ਜਵਾਈ ਕੀ ਕਹਿਣਗੇ, ਧੀਆਂ ਕੀ ਕਹਿਣਗੀਆਂ, ਪੋਤਰੇ ਕੀ ਕਹਿਣਗੇ। ਇਹ ਦੁਨੀਆਦਾਰੀ ਦਾ ਡਰ ਹੈ, ਇਹਦੇ ਤੋਂ ਬਾਹਰ ਨਿਕਲਦੇ ਹਾਂ, ਸਮਾਜ ਕੀ ਕਵੇਗਾ, ਰਾਜਾ ਕੀ ਕਵੇਗਾ, ਬੌਸ ਕੀ ਕਵੇਗਾ, ਇਹ ਸਾਡੇ ਮਨ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਡਰ ਹੈ। ਨਾਮ ਜਪਣ ਵਾਲੇ ਬੇਪਰਵਾਹ ਨੇ, ਉਹਨਾਂ ਨੂੰ ਕਿਸੇ ਸਮਾਜ ਦੀ, ਕਿਸੇ ਰਿਸ਼ਤੇਦਾਰ ਦੀ, ਕਿਸੇ ਬੌਸ ਦੀ, ਕਿਸੇ ਰਾਜੇ ਦਾ ਕੋਈ ਡਰ ਹੈ ਹੀ ਨਹੀਂ, ਉਹ ਡਰ ਤੋਂ ਰਹਿਤ ਹੋ ਜਾਂਦਾ। ਕਿਉਂ ਜਾਂਦੇ? ਕਿਉਂਕਿ ਨਾਮ ਜਪ ਕੇ ਉਹ ਨਾਮੀ ਦਾ ਰੂਪ ਹੋ ਗਿਆ ਨਾ, ਜਿਹੜੇ ਉਹਦਾ ਰੂਪ ਹੋ ਗਿਆ ਫਿਰ ਉਹਨਾਂ ਨੂੰ ਦੁਨੀਆ ਦਾ ਡਰ ਨਹੀਂ ਰਹਿੰਦਾ।
ਐਸੀ ਦਾਤ ਕੋ ਸਮੇਂ ਦੀ ਸਮਾਪਤੀ ਭਾਂ ਦੀ ਮੁਆਫੀ ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ ਜੋ ਸੱਜਣ ਅਸੀਂ ਸਦੀਆਂ ਜੋ ਸਾਹਿਬ ਨਾਨਕ ਜਨ ਨਾਮ ਸਲਾਹੇ ਵਿਗਸੈ ਸੋ ਨਾਮ ਬੇਪਰਵਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.